ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਮਾਈ ਚੈਨਲ। ਹੋਪ ਸੋ ਤੁਸੀਂ ਸਾਰੇ ਠੀਕ ਠਾਕ ਹੋਣ, ਤੰਦਰੁਸਤ ਹੋਣ, ਖੁਸ਼ਹਾਲ ਹੋਣ। ਮੈਂ ਵੀ ਬਿਲਕੁਲ ਠੀਕ ਹੈ। ਟਾਈਮ ਆ ਮੋਰਨਿੰਗ ਦਾ 6:30 ਦਾ ਟਾਈਮ ਹੈ। ਇੱਧਰ ਬਣ ਗਈ ਮੇਰੀ ਤੇ ਦਵਿੰਦਰ ਦੀ ਚਾਹ, ਮੈਂ ਵੀ ਆ ਚਾਹ ਪੀਊਂਗੀ। ਮੈਂ ਆਪਦਾ ਅਲੱਗ ਤੋਂ ਬ੍ਰੇਕਫਾਸਟ ਨਹੀਂ ਕਰਦਾ, ਨਾਲ ਹੀ ਇਹਨਾਂ ਦੇ ਰੁੱਖ ਖਾਣਾ ਜੋ ਵੀ ਬਣੂਗਾ ਉਹ ਹੀ ਖਾਊਂਗੀ, ਕਿਉਂਕਿ ਕੰਮ ਥੋੜ੍ਹੇ ਅਸੀਂ ਜਾਂਦੇ। ਮੈਂ ਅਲੱਗ ਤੋਂ ਕੁਛ ਬਣਾਉਣ ਲੱਗ ਜਾਊ, ਟਾਈਮ ਵੱਧ ਲੱਗ ਜਾਂਦਾ ਉੱਧਰ, ਫਿਰ ਮੇਰੇ ਕੰਮ ਵੀ ਉਲਝ ਜਾਂਦੇ ਨੇ। ਅਤੇ ਚਾਹ ਪੀਣ ਤੋਂ ਬਾਅਦ ਮੈਂ ਪਾ ਕੇ ਉਹਨੂੰ ਕੱਪੜੇ ਸੁੱਕਣੇ, ਕੱਪੜੇ ਫੁਲੀ ਜਿਹੜੇ ਮੈਂ ਰਾਤ ਲੋਡ ਕਰੇ ਸੀ ਉਹ ਧੋਤੇ ਪਏ ਨੇ, ਉਹ ਸੁੱਕਣੇ ਪਾ ਦੂੰਗੀ। ਕੁਛ ਕਲਰਡ ਕੱਪੜੇ ਨੇ, ਡਾਰਕ ਕਲਰ ਸਾਰੇ, ਉਹ ਬਾਅਦ ਵਿੱਚ ਧੋਊਂਗੀ ਜੇ ਮੈਨੂੰ ਟਾਈਮ ਲੱਗੂਗਾ। ਇੱਧਰ ਰਾਜਮਾਂਹ ਉਬਲੇ ਪਏ ਨੇ, ਸਬਜ਼ੀ ਬਣਾਉਂਗੀ, ਫਿਰ ਕੱਪੜੇ ਸੁੱਕਣੇ ਪਾ ਕੇ ਤਾਂ ਕਿ ਟਾਈਮ ਨਾਲ ਸਬਜ਼ੀ ਬਣ ਜਾਵੇ। ਅਤੇ ਹੁਣ ਪੀਣੇ ਪਹਿਲੇ ਚਾਹ। ਅੱਜ ਮੈਂ ਕਿ ਮੈਂ ਆਪਣਾ ਬ੍ਰੇਕਫਾਸਟ ਅਲੱਗ ਤੋਂ ਕਰਦੀ, ਮੈਂ ਬ੍ਰੇਕਫਾਸਟ ਅਲੱਗ ਕਰਦੀ, ਟਾਈਮ ਵੀ ਜ਼ਿਆਦਾ ਲੱਗਦਾ ਅਤੇ ਮੇਰਾ ਕੰਮ ਵੀ ਹੋ ਜਾਂਦਾ। ਚਾਹ ਪੀਣੇ, ਰਾਜਮਾਂਹ ਦਾ ਮਸਾਲਾ ਮੈਂ ਗ੍ਰਾਇੰਡ ਕਰਤਾ, ਮੈਂ ਕਿਹਾ ਫਿਰ ਲਾਈਟ ਨਾ ਚੱਲ ਜੇ, ਅਤੇ ਮੈਂ ਕੱਪੜੇ ਸੁੱਕਣੇ ਪਾ ਕੇ ਆਉਂਦੀ ਹਾਂ। ਮਸਾਲਾ ਕਰਿਆ ਪਿਆ, ਫਿਰ ਬਣਾਉਂਗੀ ਆ ਕੇ ਸਬਜ਼ੀ। ਜਿਹੜੇ ਮੈਂ ਰਾਤ ਫੁੱਲੀ ਮਸ਼ੀਨ 'ਚ ਕੱਪੜੇ ਲੋਡ ਕਰੇ ਸੀ ਉਹ ਵਾਸ਼ ਹੋ ਚੁੱਕੇ ਸੀ, ਵਾਸ਼ ਕਾਫੀ ਟਾਈਮ ਦੇ ਹੋਏ ਪਏ ਸੀ, ਪਰ ਮੈਂ ਸੁੱਕਣੇ ਪਾਉਣ ਆਈ ਹਾਂ ਆਪਣਾ ਚਾਹ ਪਾਣੀ ਪੀਣ ਤੋਂ ਬਾਅਦ। ਅੱਜ ਮੈਂ ਆਪਣੇ ਲਈ ਸੈਪਰੇਟ ਬ੍ਰੇਕਫਾਸਟ ਕੁਛ ਵੀ ਨਹੀਂ ਤਿਆਰ ਕਰਿਆ, ਮੈਂ ਕਿਹਾ ਜੋ ਸਾਰਿਆਂ ਲਈ ਬਣੂਗਾ, ਜਿਵੇਂ ਰਾਜਮਾਂਹ ਮੈਂ ਬਣਾਉਂਗੀ ਤਾਂ ਉਹੀ ਮੈਂ ਖਾ ਲੂੰਗੀ, ਪਰ ਮੈਂ ਚਾਹ ਪੀ ਲਈ ਪੰਜੀਰੀ ਨਾਲ। ਮੈਂ ਕਿਹਾ ਕੰਮ ਅੱਜ ਕਾਫੀ ਜ਼ਿਆਦਾ ਨੇ, ਅਤੇ ਜੇ ਮੈਂ ਆਪਣੇ ਲਈ ਕੁਛ ਬਣਾਉਣ ਲੱਗ ਗਈ ਫਿਰ ਮੈਂ ਦੂਸਰਿਆਂ ਲਈ ਬਣਾਉਂਗੀ, ਮੈਂ ਤਾਂ ਕਿਚਨ 'ਚ ਉਲਝ ਜਾਊਂਗੀ, ਮੇਰੇ ਤਾਂ ਕੰਮ ਹੀ ਨਹੀਂ ਠੀਕ ਹੋਣੇ। ਇਸ ਕਰਕੇ ਮੈਂ ਆਪਣੇ ਲਈ ਅੱਜ ਕੁਛ ਨਹੀਂ ਬਣਾਇਆ, ਜੋ ਸਾਰਿਆਂ ਦਾ ਬ੍ਰੇਕਫਾਸਟ ਹੋਊਗਾ ਉਹੀ ਮੈਂ ਕਰੂੰਗੀ ਅੱਜ। ਇਹ ਕੱਪੜੇ ਸੁੱਕਣੇ ਪਾ ਰਹੀ ਹਾਂ, ਇਸ ਤੋਂ ਬਿਨਾਂ ਅਲੱਗ ਕੱਪੜੇ ਜਿਹੜੇ ਕੁਛ ਹੋਰ ਪਏ ਨੇ ਜਿਨ੍ਹਾਂ ਦਾ ਕਲਰ ਨਿਕਲਦਾ ਡਾਰਕ ਕਲਰ ਨੇ, ਉਹ ਮੈਂ ਅਲੱਗ ਸੈਮੀ 'ਚ ਬਾਅਦ ਵਿੱਚ ਧੋਊਂ ਜਦੋਂ ਮੇਰਾ ਟਾਈਮ ਲੱਗੂਗਾ। ਇੱਕ ਵਾਰ ਮੈਂ ਕਿਹਾ ਚਲੋ ਜਿਹੜੇ ਧੋਤੇ ਪਏ ਨੇ ਉਹ ਸੁੱਕਣੇ ਪਾਇਆ ਤਾਂ ਕਿ ਟਾਈਮ ਨਾਲ ਸੁੱਕੀ ਜਾਣ। ਅਤੇ ਇਸ ਤੋਂ ਬਿਨਾਂ ਮੇਰੇ ਕੱਲ੍ਹ ਡੀਮਾਰਟ 'ਚੋਂ ਸਮਾਨ ਲਿਆਂਦਾ ਸੀ ਰਾਸ਼ਨ ਸੌਦਾ ਪੱਤਾ, ਉਹ ਕੁਛ ਉਹ ਸੰਭਾਲਣ ਵਾਲਾ ਪਿਆ, ਬਹੁਤ ਜ਼ਿਆਦਾ ਕੰਮ ਨੇ। ਇੱਕ ਦਿਨ ਘਰੋਂ ਬਾਹਰ ਚਲ ਜਾਓ ਨਾ, ਅਗਲੇ ਦਿਨ ਐਂ ਲੱਗਦਾ ਵੀ ਕੰਮ ਬਹੁਤ ਬਹੁਤ ਜ਼ਿਆਦਾ ਫੁੱਲ ਗਏ, ਇੰਨੇ ਜ਼ਿਆਦਾ ਕੰਮ ਇਕੱਠੇ ਹੋ ਜਾਂਦੇ ਨੇ, ਮੈਨੇਜ ਕਰਨਾ ਮੁਸ਼ਕਲ ਲੱਗਦਾ। ਮੈਨੂੰ ਵੀ ਅੱਜ ਐਂ ਸੀ, ਅੱਜ ਕੰਮ ਮੈਂ ਸਾਰੇ ਲਾਈਨ 'ਚ ਲਿਆਵਾਂ ਵੀ ਕੰਮ ਸਾਰੇ ਸਮੂਥਲੀ ਚੱਲਣ ਲੱਗ ਜਾਣ, ਇੱਕ ਵਾਰ ਕੰਪਲੀਟ ਹੋ ਜਾਣ। ਪਿਛਲੇ ਪਿਆ ਸਾਰਾ ਡੀਮਾਰਟ ਵਾਲਾ ਸਮਾਨ ਜੋ ਲਿਆਂਦਾ ਸੀ, ਇੱਕ ਵਾਰ ਮੈਂ ਤਾਂ ਟੇਬਲ 'ਤੇ ਖੋਲ੍ਹ ਕੇ ਅਲੱਗ ਅਲੱਗ ਕਰਤਾ ਤਾਂ ਕਿ ਚੀਜ਼ਾਂ ਫਟਾਫਟ ਫਿਰ ਸੰਭਾਲੀਆਂ ਜਾਣ। ਮੈਦਾ, ਇਹ ਹੈਗੇ ਨੇ ਬਿਸਕਿਟਸ, ਬਿਸਕਿਟਸ ਬਹੁਤ ਘੱਟ ਲਿਆਉਂਦੇ ਨੇ, ਅਸੀਂ ਤਾਂ ਬਸ ਇਹੀ ਲਿਆਉਂਦੇ ਨੇ। ਮੈਂ ਤਾਂ ਦਵਿੰਦਰ ਨੇ ਡਾਇਜੈਸਟਿਵ ਜਾਂ ਕਿਸ ਆਏਗੀ ਲਿਆ, ਆਹ ਬੇਟਾ ਖਾ ਲੈਂਦਾ ਯੂਨੀਬਿਕ ਵਾਲੀ ਓਟ ਮੀਲ ਵਾਲੇ ਹੁੰਦੇ ਨੇ, ਆਹ ਬੋਰ ਬੋਨ ਮੈਂ ਆਪਦੇ ਵਾਸਤੇ ਲਿਆਉਂਦੇ ਨੇ। ਪਤੰਜਲੀ ਸੋਪ, ਮੂੰਗਫਲੀ, ਨਮਕ, ਪਿੰਕ ਸੋਲਟ ਹੈ ਇਹ, ਚਾਹ ਪੱਤੀ, ਸੋਆ ਸਟਿਕਸ, ਰਸ ਹੋ ਗਏ। ਮੈਂ ਕਿਹਾ ਮੈਂ ਹਰ ਟਾਈਮ ਚਾਹ ਨਾ ਪੰਜੀਰੀ ਖਾਂਦੀ, ਰਸ ਖਾ ਲਿਆ ਕਰੋ ਇੱਕ ਵਾਰੀ। ਇਹ ਹੈਗੇ ਨੇ ਬੜੀਆਂ, ਨਮਕੀਨ, ਮੈਗੀ, ਬਰਾਊਨ ਟੇਪ, ਦਾਲਾਂ, ਮਾਂਹ ਨਹੀਂ ਦਲੇ ਮਾਂਹ, ਮੂੰਗੀ, ਚਣੇ, ਮੂੰਗੀ ਮਸਰੀ। ਮੂੰਗੀ ਮਸਰੀ ਦਵਿੰਦਰ ਨੇ ਦੋ ਵਾਰ ਲੈ ਲਈ, ਇੱਕ ਲਈ ਤਾਂ ਪੈਕਟ ਵਾਲੀ ਸੀ, ਕਹਿੰਦੇ ਇਹ ਵਧੀਆ ਹੋਊਗੀ, ਇਹ ਵੀ ਪਤਾ ਨਹੀਂ ਕਵੇਂ ਪਾ ਲਈ। ਸੌਂਫ, ਜੀਰਾ, ਅਜਵੈਣ, ਇਲਾਇਚੀ, ਰਾਈ, ਸਾਬਣ ਬਣਾਉਣ ਵਾਲੀ, ਵਿਮ ਲਿਕੁਇਡ, ਟੋਇਲਟ ਪੇਪਰ ਰੋਲ, ਐਂਡ ਆਹ ਵਾਲੇ ਰਾਈਸ। ਸਾਨੂੰ ਰਾਈਸ ਦੀ ਨਾ ਆਹ ਵਾਲੀ ਕੁਆਲਿਟੀ ਅੱਛੀ ਲੱਗੀ, ਤਿੱਬਰ ਬਾਸਮਤੀ ਰਾਈਸ, ਇਹ ਲੰਬਾ ਲੰਬਾ ਰਾਈਸ ਹੋ ਜਾਂਦਾ, ਬਹੁਤ ਵਧੀਆ ਲੈ ਕੇ। 3-4 ਵਰਾਈਟੀਜ਼ ਅਸੀਂ ਟਰਾਈ ਕੀਤੀਆਂ ਸੀ ਪਹਿਲਾਂ, ਕਿਲੋ ਕਿਲੋ ਵਾਲੀ ਪੈਕਿੰਗ ਵਿੱਚ, ਫਿਰ ਸਾਨੂੰ ਆਹ ਵਾਲੀ ਕੁਆਲਿਟੀ ਅੱਛੀ ਲੱਗੀ, ਹੁਣ ਅਸੀਂ ਇਹਦੀ ਵੱਡੀ ਪੈਕਿੰਗ ਲੈ ਕੇ ਆਇਆ। ਇੰਨਾ ਕੀ ਸਮਾਨ ਆ, ਐਂਡ ਦਿਸ ਇਜ਼ ਧਨੀਆ, ਸਾਬਤ ਧਨੀਆ, ਇੰਨਾ ਕੀ ਸਮਾਨ ਸੀਗਾ ਵੀ, ਬਾਕੀ ਸਾਰਾ ਸਮਾਨ ਪਿਆ ਸੀਗਾ ਬਸ, ਜਿੰਨਾ ਜੋ ਚੀਜ਼ ਮੈਨੂੰ ਲੱਗਿਆ ਵੀ ਖਤਮ ਹੋ ਰਹੀ ਹੈ ਜਾਂ ਹੋਣ ਵਾਲੀ, ਬਸ ਉਹੀ ਮੈਂ ਲਈ ਸੀ। ਇਹ ਸਮਾਨ ਸੀ ਜੋ ਅਸੀਂ ਖਰੀਦਿਆ, ਹੁਣ ਇਹਨੂੰ ਸੰਭਾਲਦੀ ਹਾਂ। ਰਾਸ਼ਨ ਮੈਂ ਸੰਭਾਲਤਾ, ਜਿੱਥੇ ਜਿੱਥੇ ਰੱਖਣਾ ਸੀ ਰੱਖਤਾ, ਹੈ ਨਾ। ਇੱਕ ਵਾਰ ਮੈਂ ਸਾਰਾ ਰਾਸ਼ਨ ਟੇਬਲ 'ਤੇ ਖਾਲੀ ਕਰ ਲੈਂਦੀ, ਝੋਲੇ ਸਾਰੇ ਖਾਲੀ ਹੋ ਜਾਂਦੇ ਨੇ,
ਸਮਾਨ ਇਕੱਠਾ ਕਰੀ ਜਾਂਦੀ, ਜਿਵੇਂ ਬਿਸਕਿਟਸ ਅਲੱਗ ਕਰ ਲਏ, ਕੋਈ ਸਾਬਣਾ ਸਰਫ ਵਾਲਾ ਅਲੱਗ ਕਰ ਲਿਆ, ਫਿਰ ਫਟਾਫਟ ਚੱਕ ਕੇ ਉੱਥੋਂ ਉਹਨਾਂ ਦੀ ਥਾਂ 'ਤੇ ਪਹੁੰਚਾਇਆ ਜਾਂਦਾ। ਅਤੇ ਹੁਣ ਮੈਂ ਆ ਗਈ ਸੀ ਬੇਟੀ ਦੇ ਰੂਮ ਦੀ ਡਸਟਿੰਗ ਕਰਨ। ਮੈਂ ਕਿਹਾ ਪਹਿਲਾਂ ਚਾਦਰ ਝਾੜ ਕੇ ਪਛਾ ਦਾਂ। ਕਈ ਵਾਰ ਮੈਂ ਡਸਟਿੰਗ ਕਰਦੀ ਹੁੰਦੀ, ਅੰਦਰ ਬੈਠਾ ਹੁੰਦਾ, ਪੜ੍ਹਦਾ ਹੁੰਦਾ, ਫਿਰ ਮੈਨੂੰ ਆਉਂਦਾ ਚੱਲ ਮੈਂ ਫੇਰ ਕਰ ਲੂੰਗੀ, ਫਿਰ ਉਹ ਰਹਿ ਹੀ ਜਾਂਦੀ। ਮੈਂ ਸੋਚਿਆ ਚੱਲ ਹੁਣ ਮੈਂ ਸਵੇਰੇ ਆ ਜਾ ਕੰਮ ਖਤਮ ਕਰਾਂ, ਪਹਿਲਾਂ ਬੈੱਡ ਸੈੱਟ ਕਰ ਦਿੰਦੀ ਹਾਂ, ਫਿਰ ਰੂਮ ਦੀ ਕਰੂੰਗੀ ਡਸਟਿੰਗ। ਬਾਕੀ ਅੱਜ ਕੁਛ ਡਸਟਿੰਗ ਨਹੀਂ ਕਰੂੰਗੀ, ਅੱਜ ਕੱਪੜੇ ਬਹੁਤ ਜ਼ਿਆਦਾ ਹੋ ਗਏ, ਹੋਰ ਕੰਮ ਕਾਫੀ ਨੇ, ਇਸ ਕਰਕੇ ਮੈਂ ਅੱਜ ਬਹੁਤ ਜ਼ਿਆਦਾ ਕੰਮ ਨਹੀਂ ਵੀ ਇੱਧਰ ਉੱਧਰੋਂ ਕੰਮ ਐਕਸਟਰਾ ਨਹੀਂ ਇਕੱਠੇ ਕਰਦੇ, ਜਿੰਨੇ ਕੁ ਮੈਨੂੰ ਲੱਗਦਾ ਵੀ ਮੇਰੇ ਅੱਖਾਂ ਦੇ ਸਾਹਮਣੇ ਖਿਲ ਰਹੇ ਜੇ ਪਏ ਨੇ, ਬਸ ਉਹ ਹੀ ਕਰੂੰਗੀ। ਇੱਕ ਤਾਂ ਇਹਦੇ ਰੂਮ ਦੀ ਮੈਨੂੰ ਬਹੁਤ ਜ਼ਿਆਦਾ ਅਲਕਤ ਜੀ ਕਹਿ ਲਓ ਆ ਰਹੀ ਸੀ, ਆ ਇੱਕ ਦਿਮਾਗ 'ਤੇ ਬੋਝ ਜਿਹਾ ਵੀ ਕਮਰਾ ਸਾਰਾ ਫੈਲਿਆ ਜਿਹਾ ਪਿਆ, ਸੈੱਟ ਕਰਨਾ, ਡਸਟਿੰਗ ਕਰਨੀ। ਇਹ ਮੈਂ ਕਿਹਾ ਚਲੋ ਸਵੇਰੇ ਸਵੇਰੇ ਕੰਮ ਇਹ ਵਾਲਾ ਖਤਮ ਕਰ ਦਿੰਦੇ, ਇਹੀ ਜ਼ਿਆਦਾ ਰੂਮ ਮੇਰੇ ਲਈ ਪਹਾੜ ਜਿਹਾ ਹੋਣਾ ਪਿਆ ਸੀ ਵੀ ਕਿਵੇਂ ਸਾਫ਼ ਕਰਾਂ ਕਿਵੇਂ ਸਾਫ਼ ਕਰਾਂ। ਪਹਿਲਾਂ ਤਾਂ ਖਾਲੀ ਹੁੰਦਾ ਸੀਗਾ ਜਦੋਂ ਬੇਟਾ ਨਹੀਂ ਹੁੰਦਾ ਸੀ, ਪਰ ਹੁਣ ਇਹ ਹੈਗਾ ਤਾਂ ਇਹਦੇ ਕੁਛ ਨਾ ਕੁਛ ਇਹਦਾ ਸਮਾਨ ਕੱਪੜੇ ਸ਼ੂਜ਼ ਬੁੱਕਸ ਰਹਿੰਦਾ ਹੀ ਖਿਲਰ ਰਹਿ ਜਾ, ਫਿਰ ਉਹ ਚੱਕ ਤਰ ਕਰੀ ਪਹਿਲਾਂ ਤਾਂ, ਫਿਰ ਮੈਂ ਡਸਟਿੰਗ ਕਰਨ ਲੱਗੀ ਹਾਂ। ਜਿਹੜਾ ਸਵੇਰ ਦਾ ਟਾਈਮ ਹੁੰਦਾ ਨਾ, ਦਿਨ ਦਾ ਸਭ ਤੋਂ ਬਿਜ਼ੀ ਟਾਈਮ ਹੁੰਦਾ ਨਾ, ਬਹੁਤ ਜ਼ਿਆਦਾ ਹਰ ਇੱਕ ਦਾ, ਲੇਡੀਜ਼ ਤਾਂ ਖਾਸ ਕਰਕੇ ਉਹ ਬਿਜ਼ੀ ਟਾਈਮ ਹੁੰਦਾ ਮੋਰਨਿੰਗ ਵਾਲਾ, ਕਿਉਂਕਿ ਉਹਦੇ ਵਿੱਚ ਆਪਾਂ ਬ੍ਰੇਕਫਾਸਟ ਲੰਚ ਦੋਨਾਂ ਦੀ ਪਲੈਨਿੰਗ ਕਰਨੀ ਹੁੰਦੀ ਹੈ, ਉਹਦੇ ਨਾਲ ਨਾਲ ਸਫਾਈਆਂ ਚੱਲ ਰਹੀਆਂ ਹੁੰਦੀਆਂ, ਉਹਦੇ ਨਾਲ ਨਾਲ ਕੱਪੜੇ ਚੱਲ ਰਹੇ ਹੁੰਦੇ ਨੇਗੇ। ਮੋਸਟ ਆਫ ਦਾ ਜਿਹੜਾ ਕੰਮ ਹੁੰਦਾ ਘਰ ਦਾ ਸਵੇਰੇ ਮੋਰਨਿੰਗ 'ਚ ਹੁੰਦਾ, ਬਹੁਤ ਬਿਜ਼ੀ ਹੁੰਦਾ, ਐਂ ਹੁੰਦਾ ਵੀ ਰੁਕੀਏ ਨਾ, ਜਿਹੜਾ ਕੰਮ ਹੁੰਦਾ ਉਸੇ ਨੂੰ ਹੱਥ ਪਾ ਕੇ ਖਤਮ ਕਰੀ ਚੱਲੀਏ ਅਤੇ ਅੱਗੇ ਵਧੀ ਚੱਲੀਏ। ਰੁਕਣ ਦਾ ਟਾਈਮ ਨਹੀਂ ਹੁੰਦਾ, ਸਵੇਰੇ ਸਵੇਰੇ ਬੈਠਣ ਦਾ ਟਾਈਮ ਨਹੀਂ ਹੁੰਦਾ ਗਾ, ਜਿਹੜਾ ਕੰਮ ਸਾਹਮਣੇ ਆ ਜਾਏ, ਜਿਹੜੇ ਕੰਮ ਦਾ ਟਾਈਮ ਬਿਜੀ ਨਿਕਲਦਾ, ਐਂ ਹੁੰਦਾ ਵੀ ਨਵੇੜ ਹੀ ਚੱਲੋ, ਕਰੀ ਚੱਲੋ, ਜਿੰਨੇ ਕੰਮ ਖਤਮ ਹੁੰਦੇ ਨੇ ਠੀਕ ਆ। ਇੱਕ ਤਾਂ ਸੁਬਹਾ ਸੁਬਹਾ ਆਪਾਂ ਵੀ ਫਰੈਸ਼ ਹੁੰਦੇ ਹਾਂ, ਆਪਣੀ ਬੋਡੀ 'ਚ ਜ਼ਿਆਦਾ ਐਨਰਜੀ ਹੁੰਦੀ ਆ, ਪੋਜ਼ੀਟਿਵ ਫੀਲ ਕਰਦੇ ਹਾਂ ਆਪਾਂ ਸਵੇਰੇ, ਕੰਮ ਕਰਨ ਦਾ ਫਲੋ ਵੀ ਆਪਣੇ ਜ਼ਿਆਦਾ ਹੁੰਦਾ ਵਾ। ਮੈਨੂੰ ਵੀ ਐਂ ਹੁੰਦਾ ਸਵੇਰੇ ਸਵੇਰੇ ਵੱਧ ਤੋਂ ਵੱਧ ਕੰਮ ਹੋ ਜਾਣ, ਔਰ ਇੱਕ ਵਾਰ ਜਦੋਂ ਬੋਡੀ ਨੂੰ ਥਕਾਵਟ ਫੀਲ ਹੋ ਜਾਂਦੀ ਨਾ, ਉਸ ਤੋਂ ਬਾਅਦ ਕੰਮ ਨਹੀਂ ਇੰਨਾ ਜ਼ਿਆਦਾ ਹੁੰਦਾ। ਸਵੇਰੇ ਸਵੇਰੇ ਮੈਨੂੰ ਵੀ ਬਹੁਤ ਵਧੀਆ ਲੱਗਦਾ ਕੰਮ ਕਰਨਾ। ਅਤੇ ਰੂਮ ਦੀ ਹੋ ਗਈ ਸਾਰੇ ਦੀ ਡਸਟਿੰਗ, ਵਧੀਆ ਲੱਗਣ ਲੱਗ ਜਾਓ ਕਮਰਾ ਆਪਾਂ ਕੋਈ ਵੀ ਸਾਫ਼ ਕਰ ਦਿੰਦੇ ਹਾਂ ਨਾ। ਅਤੇ ਹੁਣ ਮੈਂ ਆ ਗਈ ਸੀ ਕਿਚਨ ਵਿੱਚ, ਸਬਜ਼ੀ ਮੈਂ ਰਾਜਮਾਂਹ ਦੀ ਪਹਿਲਾਂ ਮੈਂ ਬਣਾਈ ਸੀ, ਬਣਾ ਗਈ ਸੀ ਪਹਿਲਾਂ, ਯਾਨੀ ਕਿ ਫਿਰ ਮੈਂ ਦੂਸਰੇ ਕੰਮ ਕਰਨ ਲੱਗੀ ਹਾਂ। ਅਤੇ ਹੁਣ ਮੈਂ ਬਣਾ ਰਹੀ ਹਾਂ ਰਾਈਸ, ਜਿਹਨੇ ਰਾਈਸ ਖਾਣੇ ਹੋਣਗੇ ਰਾਈਸ ਖਾ ਲਓ, ਜਿਹਨੇ ਫੁਲਕਾ ਖਾਣਾ ਹੋ ਫੁਲਕਾ ਖਾ ਲਓ। ਲਗਾਉਂਗੀ ਜੀਰੇ ਦਾ ਤੜਕਾ ਦੇਸੀ ਘਿਓ ਵਿੱਚ, ਫਿਰ ਪਾ ਦੂੰਗੀ ਇਹਦੇ ਵਿੱਚ ਪਾਣੀ, ਜਿੰਨੇ ਰਾਈਸ ਪਾਵਾਂ ਉਦੋਂ ਡਬਲ ਪਾਣੀ। ਸਿੰਪਲ ਜਿਹੀ ਮੇਰੀ ਇਹ ਰੈਸਪੀ ਹੁੰਦੀ ਹੈ ਰਾਈਸ ਦੀ। ਜੇ ਪਲਾਓ ਬਣਾਈਏ ਫਿਰ ਤਾਂ ਮੈਂ ਪੂਰਾ ਵਧੀਆ ਤੜਕੇ ਛੜਕੇ ਲਗਾ ਕੇ ਬਣਾਉਣੀ ਹੈ, ਜੇ ਤਾਂ ਰਾਈਸ ਬਣਾਉਣੀ ਹੋਣ ਕਿਸੇ ਵੀ ਸਬਜ਼ੀ ਨਾਲ, ਫਿਰ ਸਿੰਪਲ ਤਰੀਕਾ, ਬਸ ਜੀਰੇ ਤੜਕਾ ਲਗਾ ਕੇ ਨਮਕ ਪਾ ਕੇ ਅਤੇ ਰਾਈਸ ਪਾ ਦਿੰਦੇ ਹਾਂ। ਸਾਡੇ ਘਰ 'ਚ ਨਾ ਰਾਈਸ ਬੱਚਿਆਂ ਕਰਕੇ ਜ਼ਿਆਦਾ ਬਣਦੇ ਨੇ, ਜਦੋਂ ਬੱਚੇ ਹੁੰਦੇ ਨੇ ਘਰੇ, ਨਹੀਂ ਤਾਂ ਅਸੀਂ ਬਹੁਤ ਘੱਟ ਬਣਾਉਂਦੇ ਹਾਂ। ਦਵਿੰਦਰ ਅਤੇ ਮੰਮੀ ਨਾ ਉਹ ਘੱਟ ਖਾ ਕੇ ਖੁਸ਼ ਨੇ, ਖਾ ਵੀ ਲੈਂਦੇ ਨੇ, ਅਤੇ ਕਈ ਵਾਰ ਕਹਿਣਗੇ ਨਹੀਂ ਅਸੀਂ ਖਾਂਦੇ ਵੀ ਨਹੀਂ, ਪਤਾ ਹੀ ਨਹੀਂ ਕੁਛ ਵੀ ਉਹਨਾਂ ਦਾ। ਚਾਵਲ ਬਾਂਡੇ ਰੱਖਤੇ ਮੈਂ, ਅਤੇ ਹੁਣ ਮੈਂ ਕਿਹਾ ਚਲੋ ਬਸ ਫਿਸ਼ਨ ਸਾਫ਼ ਕਰ ਲਾਂ। ਉਹੀ ਗੱਲ ਆ, ਜਿਹੜੇ ਜਿਹੜੇ ਟਾਈਮ ਸੋਰੀ ਜਿਹੜੇ ਜਿਹੜੇ ਕੰਮ ਦਾ ਐਂ ਹੁੰਦਾ ਨਾ ਵੀ ਹੁਣ ਜੇ 2 ਮਿੰਟ ਫ੍ਰੀ ਆ ਨਾ ਕਰ ਲਾਂ, ਹੁਣ ਜੇ 5 ਮਿੰਟ ਹੈਗੇ ਨੇ ਆ ਨਾ ਕਰ ਲਾਂ, ਐਂ ਹੁੰਦਾ ਨਾ ਲੇਡੀਜ਼ ਨੂੰ ਵੀ ਆਹ ਵੀ ਕੰਮ ਹੋ ਜੇ ਆਹ ਵੀ ਕੰਮ ਹੋ ਜੇ ਵੀ ਕੁਛ ਰਹਿਣਾ ਆ ਵੀ ਕਿਤੇ। ਸੋ ਇਹ ਤੋਰੀਆਂ ਬਹੁਤ ਫਿਸ਼ਨ, ਮੈਨੂੰ ਲੱਗਦਾ 2 ਪਤਾ ਨਹੀਂ 3 ਦਿਨ ਹੋ ਗਏ ਹੋਣੇ ਵੀ ਮੈਂ ਧੋਤਾ ਹੀ ਨਹੀਂ ਹੈਗਾ, ਟਾਈਮ ਹੀ ਨਹੀਂ ਲੱਗਦਾ ਸੀਗਾ, ਬਸ ਅਸੀਂ ਭੱਜ ਦੌੜੀ 'ਚ ਲੰਘ ਜਾਂਦੇ ਸੀ ਦਿਨ। ਅਤੇ ਸਵੇਰੇ ਸਵੇਰੇ ਉਹੀ ਗੱਲ ਆ, ਜਿਹੜਾ ਕੰਮ ਸਵੇਰੇ ਹੋ ਜੇ ਫਿਰ ਦਿਨੇ ਕਾਹਨੂੰ ਹੁੰਦਾ ਗਾ, ਦਿਨੇ ਤਾਂ ਥਕਾਵਟ ਹੋ ਜਾਂਦੀ ਆ, ਕੁਛ ਆਪਦਾ ਰੈਸਟ ਹੁੰਦਾ ਵੀ ਰੈਸਟ ਕਰ ਲਈ ਚਲ ਛੱਡ ਪਰੇ। ਸਵੇਰੇ ਪਤਾ ਨਹੀਂ ਕੀ ਗੱਲ, ਆਪਣਾ ਮਾਇੰਡ ਸੈੱਟ ਉੱਥੇ ਆ ਵੀ ਆਪਾਂ ਜਿਹੜੇ ਕੰਮ ਕਰਨੇ ਨੇ ਸਵੇਰੇ ਕੰਮ ਕਰਨੇ ਨੇ,
ਅੱਧਾ ਕੁ ਦਿਨ ਲੰਘ ਜਾਵੇ ਫਰਾਈ ਵਾਂਗੂ, ਚਲ ਛੱਡ ਪਰੇ, ਹੁਣ ਅੱਧਾ ਦਿਨ ਤੱਕ ਆ, ਕੱਲ੍ਹ ਨੂੰ ਸਹੀ। ਪਤਾ ਨਹੀਂ ਮਾਇੰਡ ਸੈੱਟ ਇੱਥੇ ਹੋਇਆ ਹੈ ਵੀ ਸਵੇਰ ਦਾ ਆਪਣਾ ਕੰਮ ਕਰਨ ਦਾ ਟਾਈਮ ਹੁੰਦਾ, ਔਰ ਸਫਾਈ ਹੋਣ ਤੋਂ ਬਾਅਦ ਘਰ ਦੀ ਲੁੱਕ ਹੀ ਚੇਂਜ ਹੋ ਜਾਂਦੀ ਹੈ। ਕੁਛ ਵੀ ਆਪਾਂ ਸਾਫ਼ ਕਰੀਏ, ਕੋਈ ਵੀ ਕੋਰਨਰ। ਇਹ ਨਾ ਇੱਕ ਭੈਣ ਨੇ ਆਖਿਆ ਸੀ ਮੈਨੂੰ, ਤੁਸੀਂ ਆਪਣੇ ਜੂਸਰ ਦਾ ਤੁਸੀਂ ਮਾਡਲ ਨੰਬਰ ਦੱਸਿਓ, ਫਿਲਿਪਸ ਦਾ ਜੂਸਰ ਆ, ਵੀਵਾ ਕੁਲੈਕਸ਼ਨ, ਅਤੇ ਆਈ ਥਿੰਕ ਸੋ ਇਹੀ ਇਹਦਾ ਮਾਡਲ ਨੰਬਰ ਆ, ਹੋਰ ਕੁਛ ਨਹੀਂ ਕਿਤੇ ਵੀ ਲਿਖਿਆ ਹੋਇਆ, HL 7577100, ਇਹੀ ਇਹਦਾ ਮਾਡਲ ਨੰਬਰ ਆ, ਤੁਸੀਂ ਨੋਟ ਕਰਨਾ ਨੋਟ ਕਰ ਲਓ। ਸੋਰੀ ਮੈਂ ਥੋੜ੍ਹਾ ਜਿਹਾ ਤੁਹਾਡੇ ਕੁਐਸਚਨ ਦਾ ਜਵਾਬ ਦੇਣ 'ਚ ਹੋ ਗਈ ਲੇਟ, ਬਿਕੋਜ਼ ਉੱਪਰ ਮੈਨੂੰ ਪੜਛੱਤੀ 'ਤੇ ਚੜ੍ਹ ਕੇ ਮੈਨੂੰ ਰਹਿੰਦੇ ਡੱਬੇ ਦੇਖਣੇ ਪਏ ਮਾਡਲ ਨੰਬਰ ਵਾਸਤੇ, ਇਹੀ ਇਹਦਾ ਮਾਡਲ ਨੰਬਰ, ਹੋਰ ਕਿਤੇ ਕੋਈ ਮਾਡਲ ਨੰਬਰ ਕੁਛ ਨਹੀਂ ਲਿਖਿਆ ਹੋਇਆ ਸੀਗਾ। ਅਤੇ ਫਿਲਿਪਸ ਦਾ ਏਅਰ ਫਰਾਇਰ ਦਾ ਵੀ ਉਹਨਾਂ ਨੇ ਕਿਹਾ ਸੀ ਮਾਡਲ ਨੰਬਰ ਦੱਸਿਓ, ਏਅਰ ਫਰਾਇਰ ਹੈਗਾ 0.8 KG ਦਾ, 4.1 liters ਦਾ, ਇਹਦਾ ਵੀ ਮਾਡਲ ਨੰਬਰ ਸਿਰਫ ਇੱਕ ਜਗ੍ਹਾ ਹੀ ਮੈਨੂੰ ਲਿਖਿਆ ਦਿਖਿਆ ਹੈ, ਆਈ ਥਿੰਕ ਸੋ ਇਹਦਾ ਮਾਡਲ ਨੰਬਰ ਹੀ ਹੋਏਗਾ। ਆਹ ਵਾਲਾ ਕੈਪਚਰ ਕਰ, ਕੈਮਰਾ ਕੈਪਚਰ ਕਰ, HD 9200, ਇਹ ਵਾਲਾ ਮਾਡਲ ਨੰਬਰ ਹੈ ਇਹਦਾ, ਇੱਥੇ ਵੀ ਇਹ ਲਿਖਿਆ ਹੋਇਆ ਪ੍ਰੋਡਕਟ ਕੋਡ, ਆ ਇਹਦਾ ਮਾਡਲ ਨੰਬਰ ਆ, ਜਿੱਥੇ HD 9200, ਸੋ ਇਹ ਸੀ ਇਹਦਾ ਮਾਡਲ ਨੰਬਰ, ਦੋਨਾਂ ਦਾ ਮੈਂ ਤੁਹਾਨੂੰ ਦੱਸਤਾ, ਔਰ ਇਹਦਾ ਕਿਤੇ ਕੁਛ ਮਾਡਲ ਨੰਬਰ ਕੁਛ ਨਹੀਂ, ਇਹੀ ਹੈ ਬਸ। ਬਾਕੀ ਜੋ ਸੀ ਮੈਂ ਤੁਹਾਨੂੰ ਰਿਵਿਊ ਮੰਗੋ, ਏਅਰ ਫਰਾਇਰ ਦਾ ਰਿਵਿਊ ਬਹੁਤ ਵਧੀਆ ਸਾਨੂੰ ਹੋ ਗਿਆ, ਸਾਲ ਤੋਂ ਜ਼ਿਆਦਾ ਹੀ ਹੋ ਗਏ ਇਹਨਾਂ ਨੂੰ, ਅਤੇ ਬਹੁਤ ਵਧੀਆ ਮਾਈਕਰੋਵੇਵ ਨਾਲੋਂ ਬਹੁਤ ਜ਼ਿਆਦਾ ਵਧੀਆ ਏਅਰ ਫਰਾਇਰ। ਜੇ ਕੋਈ ਮਾਈਕਰੋਵੇਵ ਲੈਣ ਦੀ ਸੋਚ ਰਿਹਾ, ਮੈਂ ਉਹਨੂੰ ਇਹ ਸੁਜੈਸਟ ਕਰੂੰਗੀ ਮਾਈਕਰੋਵੇਵ ਦੀ ਜਗ੍ਹਾ ਤੁਸੀਂ ਏਅਰ ਫਰਾਇਰ ਲਓ, ਇਹ ਜ਼ਿਆਦਾ ਕੰਮ ਆਉਂਦਾ। ਅਤੇ ਹੁਣ ਮੈਂ ਕਲੀਨ ਕਰਨਾ ਸੀ ਵਾਸ਼ਰੂਮ, ਸਾਰੇ ਕੰਮ ਕਿਚਨ ਦਾ ਕੰਮ ਮੈਂ ਸਾਰਾ ਖਤਮ ਕਰਿਆ ਸੀ, ਵਾਸ਼ਰੂਮ ਕਲੀਨ ਕਰਨਾ ਸੀ, ਕਰ ਰਹੀ ਹਾਂ ਰੋਫ ਨਾਲ, ਰੋਫ ਟਾਇਲ ਕਲੀਨਰ ਜਿਹੜਾ ਮੈਂ ਔਨਲਾਈਨ ਐਮਾਜ਼ੋਨ ਤੋਂ ਮੰਗਵਾਇਆ ਸੀ। ਇਹ ਭੈਣ ਨੇ ਕਿਹਾ ਸੀ ਤੁਸੀਂ ਕਲੀਨਰ ਦਾ ਰਿਵਿਊ ਦਿਓ, ਸ਼ਾਪ ਸ਼ੂਟਰ ਦਾ ਮੈਂ ਤੁਹਾਨੂੰ ਰਿਵਿਊ ਦੇ ਚੁੱਕੀ ਹਾਂ, ਅਤੇ ਜੋਫ ਟੈਪ ਕਲੀਨਰ ਦਾ ਵੀ ਰਿਵਿਊ ਦੇ ਚੁੱਕੀ ਹਾਂ, ਰਹਿ ਗਿਆ ਸੀਗਾ ਇਹ ਰੋਫ ਟਾਇਲ ਕਲੀਨਰ ਦਾ ਰਿਵਿਊ ਦੇਣ ਵਾਲਾ। ਇਹ ਯੂਜ਼ ਮੈਂ ਹੈਲਪਰ ਤੋਂ ਕਰਵਾਇਆ ਸੀ, ਬਾਹਰ ਵਾਲੇ ਬਾਥਰੂਮ ਵਿੱਚ ਦਿੱਤਾ ਸੀ, ਵਧੀਆ ਸਾਫ਼ ਹੋ ਗਿਆ ਸੀ, ਤਾਂ ਪਰ ਮੈਂ ਕਿਹਾ ਚਲੋ ਜਦ ਤੱਕ ਮੈਂ ਆਪ ਖੁਦ ਨਹੀਂ ਯੂਜ਼ ਕਰਦੀ ਹੈਗੀ, ਮੈਂ ਫਿਰ ਹੀ ਦੱਸੂੰਗੀ ਤੁਹਾਨੂੰ। ਅੱਜ ਮੈਂ ਆਪਣਾ ਵਾਸ਼ਰੂਮ ਡੀਪ ਕਲੀਨ ਕਰ ਰਹੀ ਹਾਂ, ਇਹਦੇ ਨਾਲ ਇੱਕ ਬੋਟਲ 'ਚ ਮੈਂ ਪਾ ਲਿਆ ਕੁਛ, ਮੈਂ ਪਾਣੀ ਪਾ ਲਿਆ ਅਤੇ ਸਪਰੇ ਬੋਟਲ ਆ, ਨਾਲ ਇਹਨੂੰ ਆਪਾਂ ਟਾਇਲਸ 'ਤੇ, ਟਾਇਲ ਨੂੰ ਪਹਿਲਾਂ ਗਿੱਲੀਆਂ ਕਰ ਲਾਂ, ਗਿੱਲੀਆਂ ਕਰਕੇ ਮੈਂ ਛਿੜਕ ਰਹੀ ਹਾਂ, ਅਤੇ ਉੱਪਰੋਂ ਯੂਜ਼ ਕਰ ਰਹੀ ਹਾਂ ਸਕ੍ਰੱਬ, ਸਕ੍ਰੱਬ ਨਾਲ ਇਹਨੂੰ ਆਪਾਂ ਸਾਰੇ ਟਾਇਲਸ 'ਤੇ ਫੈਲਾ ਰਹੇ ਹਾਂ, ਰਗੜ ਵੀ ਰਹੀ ਹਾਂ ਮੈਂ ਨਾਲ ਨਾਲ ਇਹਦੇ ਨਾਲ, ਉਹਦੇ ਨਾਲ ਵਾਂਗੂ ਰੈੱਡ ਹਾਰਪਿਕ ਵਾਂਗੂ ਝੱਗ ਨਹੀਂ ਇਹਦੀ ਬਣ ਰਹੀ, ਜਿਵੇਂ ਰੈੱਡ ਹਾਰਪਿਕ ਝੱਗ ਬਣਦੀ ਹੁੰਦੀ, ਝੱਗ ਨਹੀਂ ਬਣ ਰਹੀ, ਜਸਟ ਇੱਕ ਇਹ ਫੈਲ ਰਿਹਾ ਸੀ, ਟਾਇਲਸ ਨੂੰ ਸਾਫ਼ ਕਰ ਰਿਹਾ ਸੀਗਾ। ਪਰ ਮੇਰੇ ਵਾਸ਼ਰੂਮ ਦੇ ਟਾਇਲਸ ਜਿਵੇਂ ਮੈਂ ਕਹਾਂ ਇੰਨੀਆਂ ਜ਼ਿਆਦਾ ਗੰਦੀਆਂ ਵੀ ਨਹੀਂ ਹੈਗੀਆਂ ਸੀਗੀਆਂ, ਪਰ ਕਲੀਨਿੰਗ ਇਹਨੇ ਅੱਛੀ ਕੀਤੀ, ਟਾਇਲਸ ਚਮਕ ਹਾਂ ਜ਼ਰੂਰ ਆ ਗਈ। ਐਕਚੁਅਲ 'ਚ ਕਿਸੇ ਵੀ ਚੀਜ਼ ਦਾ ਪਤਾ ਲੱਗਦਾ ਹੁੰਦਾ ਬਹੁਤ ਜ਼ਿਆਦਾ ਕਿਸੇ ਗੰਦੀ ਆਪਾਂ ਨੂੰ ਜਗ੍ਹਾ 'ਤੇ, ਗੰਦੀ ਸਰਫੇਸ ਜਦੋਂ ਆਪਾਂ ਨੂੰ ਯੂਜ਼ ਕਰਾਂਗੇ ਫਿਰ ਪਤਾ ਲੱਗਦਾ। ਪਰ ਮੈਨੂੰ ਇਹ ਨਹੀਂ ਲਾਈਕ ਫੀਲ ਹੋਇਆ ਵੀ ਟਾਇਲਸ ਸਾਫ਼ ਨਹੀਂ ਹੋਈਆਂ, ਅੱਛੀਆਂ ਜਿਵੇਂ ਮੈਂ ਅੱਗੇ ਸਾਫ਼ ਕਰਦੀ ਹੁੰਦੀ, ਧੋਣ ਤੋਂ ਬਾਅਦ ਉਵੇਂ ਜਿਵੇਂ ਚਮਕ ਆ ਗਈ ਨਹੀਂ, ਵਧੀਆ ਸਾਫ਼ ਹੋ ਗਈਆਂ। ਉੱਪਰੋਂ ਫਿਰ ਮੈਂ ਪਾਣੀ ਨਾਲ ਸਾਫ਼ ਕਰਤਾ, ਅਤੇ ਹੁਣ ਬਹੁਤ ਛੋਟੇ ਜਿਹੇ ਵਾਈਪਰ ਨਾਲ ਮੈਂ ਸਾਰਾ ਪਾਣੀ ਹਟਾ ਰਹੀ ਹਾਂ ਤਾਂ ਕਿ ਮੈਨੂੰ ਫਰਕ ਪਤਾ ਲੱਗ ਸਕੇ। ਅਤੇ ਐਕਚੁਅਲ 'ਚ ਕਲੀਨ ਹੋ ਗਈਆਂ ਸੀਗੀਆਂ, ਮੈਂ ਨੇੜੋ ਨੇੜੋ ਵੀ ਦੇਖ ਰਹੀ ਸੀਗੀ, ਐਕਚੁਅਲ 'ਚ ਨਹੀਂ ਬਹੁਤ ਵਧੀਆ ਕਲੀਨ ਹੋ ਗਈਆਂ ਸੀ, ਜਿੰਨੀਆਂ ਕਿ ਗੰਦੀਆਂ ਸੀ ਵਧੀਆ ਕਲੀਨ ਹੋ ਗਈਆਂ। ਅਤੇ ਹੁਣ ਧੋ ਰਹੀ ਹਾਂ ਵਾਸ਼ਵੇਸ਼ਨ, ਵਾਸ਼ਵੇਸ਼ਨ ਦੇ ਵਿੱਚ ਵੀ ਮੈਂ ਹਲਕਾ ਜਿਹਾ ਥੋੜ੍ਹਾ ਜਿਹਾ ਸਰਫ ਪਾਇਆ, ਅਤੇ ਸਰਫ ਦੇ ਨਾਲ ਉਹੀ ਵਾਲਾ ਮੈਂ ਰੋਫ ਕਲੀਨਰ ਟਾਇਲ ਕਲੀਨਰ ਉਹੀ ਸਪਰੇਅ ਕੀਤਾ, ਇਹ ਦੋਨਾਂ ਚੀਜ਼ਾਂ ਦੇ ਨਾਲ ਧੋ ਰਹੀ ਹਾਂ ਵਾਸ਼ਵੇਸ਼ਨ। ਅੱਛਾ ਕਲੀਨਰ ਇਹ ਜੀ ਗੱਲ ਨਹੀਂ ਹੈਗੀ,
ਤੁਸੀਂ ਟਰਾਈ ਕਰ ਸਕਦੇ ਹੋ, ਕੋਈ ਇੰਨਾ ਜ਼ਿਆਦਾ ਮਹਿੰਗਾ ਵੀ ਨਹੀਂ ਹੈਗਾ ਵੀ ਆਪਾਂ ਨੂੰ ਚੀਜ਼ ਮੰਗਾ ਕੇ ਪਛਤਾਉਣਾ ਪਊਗਾ, ਇਫੈਕਟਿਵ ਹੈ। ਬਾਥਰੂਮ ਅਤੇ ਕਿਚਨ ਦੋਨੇ ਇਹੋ ਜਿਹੀਆਂ ਜਗ੍ਹਾ ਨੇ ਨਾ ਜਿਨ੍ਹਾਂ ਦੀ ਸਫਾਈ ਜ਼ਿਆਦਾ ਤੋਂ ਜ਼ਿਆਦਾ ਰੱਖਣੀ ਬਹੁਤ ਜ਼ਰੂਰੀ ਹੋ ਜਾਂਦੀ ਆ, ਕਿਉਂਕਿ ਦੋਨੇ ਜਗ੍ਹਾ ਜ਼ਿਆਦਾ ਯੂਸ ਹੋਣ ਵਾਲੀਆਂ ਨੇ। ਪਾਣੀ ਜਿੱਥੇ ਯੂਸ ਹੁੰਦਾ ਨਹੀਂ ਸਾਫ਼ ਕਰਾਂਗੇ ਤਾਂ ਗੰਦਗੀ ਬਹੁਤ ਜਲਦੀ ਜਮ੍ਹਾਂ ਹੋ ਜਾਂਦੀ ਹੈ ਨਾ, ਸਮੈਲ ਆਉਣ ਲੱਗ ਜਾਂਦੀ ਆ। ਦੋਨੇ ਜਗ੍ਹਾ ਦੀ ਕਲੀਨਿੰਗ ਹੀ ਮੈਨੂੰ ਲੱਗਦਾ ਘਰ 'ਚ ਸਭ ਤੋਂ ਜ਼ਰੂਰੀ ਹੈ, ਬਾਥਰੂਮ ਅਤੇ ਕਿਚਨ ਦੀ। ਹਾਲੇ ਬੈਡਰੂਮ 'ਚ ਸੁੱਕਾ ਸੁੱਕਾ ਤਾਂ ਚਲੋ ਕਰਨਾ ਹੁੰਦਾ ਕੰਮ ਠੀਕ ਹੈ, ਪਰ ਕਿਚਨ ਅਤੇ ਬਾਥਰੂਮ 'ਚ ਸਫਾਈ ਮੈਂਟੇਨ ਕਰਨੀ ਸਭ ਤੋਂ ਔਖੀ ਹੁੰਦੀ ਹੈ। ਟਾਈਲਸ 'ਤੇ ਵੀ ਮੈਂ ਉਹ ਰੌਫ ਟਾਈਲਸ ਲੀਂਦਰ ਛਿੜਕਿਆ, ਕੁਛ ਮੈਂ ਸਰਫ ਪਾ ਲਿਆ, ਫਲੋਰ ਵਾਲੀਆਂ ਟਾਈਲਸ ਵੀ ਇਸ ਨਾਲ ਸਾਫ਼ ਕਰ ਰਹੀ ਹਾਂ। ਬਾਕੀ ਜਿਹੜੇ ਸਾਡੇ ਬਾਥਰੂਮ ਵਾਲੀਆਂ ਫਲੋਰ ਟਾਈਲਸ ਨੇ ਬਿਲਕੁਲ ਪਲੇਨ ਨੇ, ਇਹਨਾਂ ਦੀ ਕਲੀਨਿੰਗ ਕਰਨੀ ਬਹੁਤ ਬਹੁਤ ਈਜ਼ੀ ਹੈ। ਇੱਕ ਥੋੜ੍ਹੀ ਟਾਈਲਸ ਹੁੰਦੀਆਂ ਨੇ ਪੋਰਸ, ਉਹਦੇ ਵਿੱਚ ਹੁੰਦੇ ਨੇ ਛੇਦ ਜਿਹੇ ਹੁੰਦੇ ਨੇ ਹੈ ਨਾ, ਉਹਨਾਂ ਵਿੱਚ ਮੈਲ ਜਮ੍ਹਾਂ ਹੋ ਜਾਂਦੀ, ਉਹ ਟਾਈਲਸ ਕਦੇ ਵੀ ਨਾ ਲਗਵਾਓ, ਉਹ ਟਾਈਲਸ ਨਹੀਂ ਹੈਗੀਆਂ, ਇਹ ਬਿਲਕੁਲ ਪਲੇਨ ਟਾਈਲਸ ਨੇ, ਕਿਤੇ ਵੀ ਬਿਲਡ ਨਹੀਂ ਹੈਗੀ ਇਹਨਾਂ ਦੇ ਵਿੱਚ, ਲਾਈਕ ਇੱਦਾਂ ਪੋਰਸ ਨਹੀਂ ਹੈਗੇ, ਮੋਰੀਆਂ ਨਿੱਕੀ ਨਿੱਕੀਆਂ ਹੁੰਦੀਆਂ ਨੇ, ਵੀ ਵਿੱਚ ਮੈਲ ਜਮ੍ਹਾਂ ਹੋ ਜੂ, ਉਹਨਾਂ ਨੂੰ ਬਹੁਤ ਜ਼ਿਆਦਾ ਰਗੜਨ ਦੀ ਲੋੜ ਹੁੰਦੀ ਹੈ। ਟਾਈਮ ਹੋ ਰਿਹਾ 11 ਵਜੇ ਦਾ, ਹੁਣ ਸਾਰੇ ਕੰਮ ਫਿਨਿਸ਼ ਕਰਕੇ ਨਹਾ ਕੇ ਹੁਣ ਫ੍ਰੀ ਹੋਈ ਹਾਂ। ਮੈਂ ਕਿਹਾ ਪਾਣੀ ਦਾ ਗਲਾਸ ਪੀ ਲਾ ਕਿ ਆਰਾਮ ਨਾ ਪਹਿਲਾਂ, ਕਿਉਂਕਿ ਜੇ ਕੰਮ ਦੀ ਭਾਈ ਦੌੜ ਹੁੰਦੀ ਹੈ ਨਾ, ਮੈਨੂੰ ਪਾਣੀ ਪੀਣ ਦੀ ਵੀ ਕੌੜ ਹੋ ਜਾਂਦੀ, ਮੈਨੂੰ ਐਂ ਹੁੰਦਾ ਫਿਰ ਥੋੜ੍ਹਾ ਜਿਹਾ ਮੈਨੂੰ ਦਮ ਜਾ ਮਿਲੇ ਵਿੱਚ ਜੀ, ਬ੍ਰੇਕ ਮਿਲੇ ਫਿਰ ਪਾਣੀ ਪੀਵਾਂ, ਬ੍ਰੇਕ ਮਿਲਦੀ ਤਾਂ ਪਾਣੀ ਪੀਤਾ ਨਹੀਂ ਜਾਂਦਾ, ਤਾਂ ਪਾਣੀ ਪੀ ਲਿਆ। ਹੁਣ ਮੈਂ ਕੋਸਾ ਕਰਕੇ ਰੈਸਟ ਕਰੂੰਗੀ, ਵੀਡੀਓ ਐਡਿਟ ਕਰੂੰ, ਪਾਠ ਕਰੂੰ, ਅਤੇ ਬਾਹਰੋਂ ਨਾਲ ਦਿੰਦਾ ਕੱਪੜੇ ਵੀ ਚੱਕੂੰਗੀ, ਇਹ ਕੰਮ ਨਹੀਂ, ਨਾਲੇ ਰੈਸਟ ਮਿਲੀ ਚਲੋ, ਨਾਲ ਹਲਕੇ ਫੁਲਕੇ ਚਲੋ, ਹੁਣ ਇਹ ਕੰਮ ਹੋ ਹੀ ਜਾਣਗੇ, ਜਿਹੜਾ ਜ਼ੋਰ ਦਾ ਕੰਮ ਸੀ ਸਵੇਰੇ ਹੁੰਦਾ ਉਹ ਖਤਮ ਹੋ ਗਿਆ, ਖਤਮ ਨਹੀਂ ਹੋਇਆ ਯਾਨੀ ਕਿ ਹੋ ਗਈ, ਸ਼ਾਮ ਨੂੰ ਫਿਰ ਸ਼ੁਰੂ ਕਰਨੀ, ਕੰਮ ਤਾਂ ਆਪਣੇ ਖਤਮ ਨਹੀਂ ਹੁੰਦੇ, ਚਲੋ ਹੁਣ ਹਲਕਾ ਫੁਲਕਾ ਵਾਲੇ ਕੰਮ ਰਹਿ ਗਿਆ, ਬੈਠੇ ਬੈਠੇ ਕੱਪੜੇ ਤਿਆਰ ਕਰ ਲੂੰਗੀ, ਪਾਠ ਕਰ ਲੂੰ, ਵੀਡੀਓ ਐਡਿਟ ਕਰ ਲੂੰ, ਬਸ ਥੋੜ੍ਹਾ ਥੋੜ੍ਹਾ ਆਰਾਮ ਨਾਲ ਰੈਸਟ ਹੋਈ ਜਾਊਗਾ, ਦੇਖਦੇ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਕੀ ਰੂਟੀਨ ਬਣਦਾ ਕੰਮਾਂ ਦਾ। ਉਹਨਾਂ ਦੁਪਹਿਰ ਦਵਿੰਦਰ ਆਏ ਸੀ ਘਰੇ, ਕਹਿੰਦੇ ਭੁੱਖ ਲੱਗੀ ਆ, ਅਤੇ ਮੈਨੂੰ ਕਹਿੰਦੇ ਟਿੱਕੀ ਵਾਲਾ ਬਰਗਰ ਬਣਾ ਦਿਆ ਸੀ ਨੇ, ਫਰੋਜ਼ਨ ਟਿੱਕੀਆਂ ਮੈਕੇਨ ਦੀਆਂ ਲੈ ਕੇ ਆਏ ਸੀ ਡੀਮਾਰਟ ਵਿੱਚੋਂ, ਹੋਰ ਕੁਛ ਨਹੀਂ ਲੈ ਕੇ ਆਏ, ਫਰੋਜ਼ਨ ਸਿਰਫ ਟਿੱਕੀਆਂ ਲੈ ਕੇ ਆਏ ਸੀ। ਟਿੱਕੀਆਂ ਨਾਲ ਕੀ ਹੁੰਦਾ ਆਪਣੇ ਕੋਲ ਬ੍ਰੈਡ ਪਏ ਹੁੰਦੇ ਨੇ, ਅਤੇ ਘਰ ਆਪਾਂ ਈਜ਼ੀਲੀ ਬਰਗਰ ਬਣਾ ਸਕਦੇ ਹਾਂ, ਬਹੁਤ ਜ਼ਿਆਦਾ ਟੇਸਟੀ ਹੈਲਦੀ ਬਣਦਾ ਬਾਜ਼ਾਰ ਵਾਲੇ ਬਰਗਰ ਨਾਲੋਂ। ਮੈਂ ਤਾਂ ਇਹ ਤੁਹਾਨੂੰ ਕਹੂੰਗੀ, ਜੇ ਤੁਹਾਡੇ ਘਰ ਵੀ ਬੱਚੇ ਨੇ, ਤੁਸੀਂ ਵੀ ਕਦੇ ਕਦੇ ਬਾਹਰ ਲਗਾਉਣ ਦੇ ਸ਼ੌਕੀਨ ਹੋ, ਟਿੱਕੀਆਂ ਲਿਆ ਕੇ ਰੱਖ ਲਓ ਫਰੋਜ਼ਨ, ਉਹਨੂੰ ਪੈਨ 'ਚ ਸ਼ੈਲੋ ਫਰਾਈ ਕਰਕੇ ਟਿੱਕੀ ਨੂੰ, ਅਤੇ ਤੁਸੀਂ ਬ੍ਰੈਡ ਵਿੱਚ ਪਾ ਕੇ ਬਰਗਰ ਬਣਾ ਸਕਦੇ ਹੋ। ਬ੍ਰੈਡ ਆਪਣੇ ਘਰ ਵਿੱਚ ਦੁੱਖ ਆਪਾਂ ਰੱਖਦੇ ਹਾਂ, ਸੌਸ ਵੀ ਆਪਣੇ ਘਰ ਹੁੰਦੀ ਆ ਨਾ, ਵਿੱਚ ਤੁਸੀਂ ਸੈਲਡ ਪਾ ਲਓ, ਬਹੁਤ ਵਧੀਆ ਬਰਗਰ ਬਣ ਜਾਂਦਾ। ਮੈਂ ਬ੍ਰੈਡ ਦੇ ਸਲਾਈਸ ਉੱਪਰ ਲਗਾਏ ਹੈ ਕੈਚਅਪ, ਦੋ ਤਰ੍ਹਾਂ ਦੀ ਮਾਇਨੂਸ ਲਗਾਈ ਹੈ, ਤੰਦੂਰੀ ਐਂਡ ਓਰੀਜਨਲ ਦੋਨੇ ਫਲੇਵਰ ਲਗਾ ਲਏ। ਟਿੱਕੀ ਨੂੰ ਕਰ ਲਿਆ ਸ਼ੈਲੋ ਫਰਾਈ, ਟਿੱਕੀ ਨੂੰ ਸ਼ੈਲੋ ਫਰਾਈ ਕਰਕੇ ਬ੍ਰੈਡ ਦੇ ਸਲਾਈਸ ਉੱਪਰ ਰੱਖ ਲਾਂਗੇ, ਨਾਲ ਮੈਂ ਪੈਨ ਵਿੱਚ ਇੱਕ ਪਨੀਰ ਦਾ ਸਲਾਈਸ ਵੀ ਪਾਇਆ ਹੋਇਆ, ਨਾਲ ਨਾਲ ਮੈਂ ਪਨੀਰ ਵੀ ਸ਼ੈਲੋ ਫਰਾਈ ਕਰ ਲਿਆ, ਟਿੱਕੀ ਉੱਪਰ ਪਨੀਰ ਵੀ ਰੱਖ ਦੂੰਗੀ। ਇਹ ਨਾ ਆਪਣਾ ਪੇਟ ਵੀ ਭਰੂਗਾ, ਅਤੇ ਆਪਾਂ ਅਨਹੈਲਦੀ ਵੀ ਨਹੀਂ ਖਾ ਰਹੇ, ਹੈਲਦੀ ਖਾ ਰਹੇ, ਕਿਉਂਕਿ ਆਪਾਂ ਇਹਦੇ ਵਿੱਚ ਸੈਲਡ ਵੀ ਪਾਵਾਂਗੇ ਅਤੇ ਪਨੀਰ ਵੀ ਪਾਵਾਂਗੇ। ਇਸ ਤਰ੍ਹਾਂ ਅਸੀਂ ਬਾਹਰਲਾ ਬਹੁਤ ਘੱਟ ਖਾਂਦੇ ਹਾਂ, ਬਹੁਤ ਘੱਟ ਖਾਂਦੇ ਹਾਂ, ਕਦੇ ਬਾਹਰ ਜਾਈਏ ਤਾਂ ਉਦੋਂ ਬਾਹਰਲਾ ਫੂਡ ਖਾਂਦੇ ਨਹੀਂ, ਅਸੀਂ ਘਰੇ ਜਿਵੇਂ ਔਨਲਾਈਨ ਅਸੀਂ ਔਡਰ ਕਰ ਸਕਦੇ ਹਾਂ, ਆ ਜਾਂਦਾ ਹੁੰਦਾ, ਪਰ ਅਸੀਂ ਕਰਦੇ ਹੀ ਨਹੀਂ ਹੈਗੇ, ਤਾਂ ਅਸੀਂ ਇਹ ਨਹੀਂ ਵੀ ਘਰੇ ਨਹੀਂ ਅਸੀਂ ਕਦੇ ਬਾਹਰਲਾ ਖਾਣਾ ਮੰਗਾਇਆ, ਬਾਹਰ ਜਾਈਏ ਤਾਂ ਖਾ ਦਈਏ, ਪਰ ਘਰੇ ਤਾਂ ਅਸੀਂ ਘਰ ਦਾ ਬਣਾ ਕੇ ਖਾਂਦੇ ਹਾਂ। ਖਾਣ ਪੀਣ ਦੇ ਸ਼ੌਕੀਨ ਆ ਪੂਰੀ, ਅਸੀਂ ਖਾਣ ਪੀਣ ਦੇ ਨਹੀਂ ਜਾਣੇ, ਖਾਣ ਦੇ ਸ਼ੌਕੀਨ ਹੈਗੇ ਹਾਂ ਅਸੀਂ, ਦਵਿੰਦਰ ਅਤੇ ਮੈਂ, ਬੱਚੇ ਵੀ, ਮੰਮੀ ਵੀ ਸਾਡੇ ਖਾਣ ਦੇ ਸ਼ੌਕੀਨ ਨੇ, ਪਰ ਘਰੇ ਬਣਾ ਕੇ ਖਾਂਦੇ ਹੁੰਦੇ ਹਾਂ। ਸੋ ਇਹ ਆਪਣਾ ਹੈਲਦੀ ਬਰਗਰ ਬਣ ਕੇ ਦੇਖੋ ਤਿਆਰ ਆ, ਹਲਕਾ ਜਿਹਾ ਮੈਂ ਨੀਚੇ ਹੋਰ ਸੇਕ ਲੂੰ, ਇਹਨੂੰ ਕ੍ਰਿਸਪ ਕਰ ਲੂੰਗੀ, ਸੈਂਡਵਿਚ ਬਰਗਰ ਸੈਂਡਵਿਚ ਕਹਿ ਲਓ ਜਾਂ ਤੁਸੀਂ ਇਹਨੂੰ ਬਰਗਰ ਕਹਿ ਲਓ, ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦਾ।
ਸੋ ਇਹ ਸੀ ਜੀ ਮੇਰੀ ਅੱਜ ਦੀ ਵੀਡੀਓ। ਹੋਪ ਸੋ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਗੀ। ਵੀਡੀਓ ਅੱਛੀ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ। ਟਿਲ ਦੈਨ ਗੁੱਡ ਬਾਏ।